ਥੋੜ੍ਹੀ ਦੇਰ ਦੇ ਬਾਅਦ 4 ਸਾਲ ਦੀ ਜ਼ਹਰਾ ਯਤੀਮ ਹੋਵੇ ਸੀ। ਥੋੜ੍ਹੀ ਦੇਰ ਦਾ ਮਹਿਮਾਨ ਹੈ, ਭੇੜ ਬਿਰਾਦ ਵੇਲੀ ਹੈ। ਕੋਈ ਕਿਸੇ ਕਿਸਮ ਦੀ ਮੈਂ ਐਸੀ ਲੰਬੀ ਗੱਲ ਨਹੀਂ ਜਿਹੜੀ ਮੈਂ ਗੱਲ ਸ਼ੁਰੂ ਕਰਨ ਲੱਗਾ। ਅੱਬਾਸ ਮਰਾ ਕੇ ਗਰੀਬ ਹੋ ਗਏ, ਅੱਬਾਸ ਮਰਾ ਕੇ ਗਰੀਬ ਹੋ ਗਏ, ਖਯਾਮ ਦੇ ਦਰਵਾਜ਼ੇ 'ਤੇ ਆਏ। ਤਾਰ ਨਹੀਂ ਟੁੱਟਣੀ ਚਾਹੀਦੀ। ਖਯਾਮ ਦੇ ਦਰਵਾਜ਼ੇ 'ਤੇ ਆਏ, ਆਏ ਤਤਹੀਰ ਤਿਲਾਵਤ ਕੀਤੀ ਇਸ, ਜਿਵੇਂ ਸਕੀਨਾ ਨੂੰ ਚਾਹ ਕੇ ਖੜੀ ਆਈ। ਅਕਲ ਮਾਰ ਕੇ ਆਦੀ ਅੰਮਾ ਫਿਜ਼ਾ, ਮੇਰਾ ਤਾਂ ਰਹਿ ਕੋਈ ਨਹੀਂ ਗਿਆ। ਦਰਵਾਜ਼ੇ 'ਤੇ ਵਜਵੇ ਕੌਣ ਸਵਾਲੀਏ, ਗਰਜ਼ਮੰਦ ਦੀਵਾਨਾ ਆਉਂਦੇ। ਉਹ ਕੋ ਕਿਆ ਪਤਾ ਘਰ ਵਾਲੇ ਵਸਦੇ ਜਾਂ ਉਜੜ ਗਏ। ਭਾਵੇਂ ਉਜੜ ਗਈਆਂ ਹਾਂ ਤੇ ਅਲੀ ਦੀ ਧੀ। ਜਨਾਬ ਫਿਜ਼ਾ ਦਰਵਾਜ਼ੇ 'ਤੇ ਆਈਏ, ਲਿਖਿਆ ਮੈਨੂੰ ਜਨਾਬ ਫਿਜ਼ਾ ਦਰਵਾਜ਼ੇ 'ਤੇ ਆਈ, ਮਾਤਮ ਕਰਕੇ ਆਖੇ, ਜ਼ਹਰਾ ਦੀ ਧੀ ਉਜੜ ਗਈ ਹੈ, ਸਖੀਆਂ ਦਾ ਸਰਦਾਰ ਪਿੰਨਣ ਆਇਆ ਖੜੇ। ਪਿੰਨਦਾ ਕਿਆ ਹੈ, ਮੰਗਦਾ ਕਿਆ ਹੈ, ਆਖਰੀ ਸਲਾਮ ਪਿਆ ਕਰੇਂ ਦੇ ਕਬੂਲ ਕਰ। ਨਾਮ ਆਖਰੀ ਸਲਾਮ ਦਾ ਹੈ, ਜਿਵੇਂ ਖੜੀ ਆਈ ਖੜ ਨਹੀਂ ਸਕੀ, ਛਣ ਪਈ ਹੈ। ਇਸ ਗੱਲ ਦਾ ਭੈਣਾਂ ਨੂੰ ਜ਼ਿਆਦਾ ਅਹਿਸਾਸ ਹੁੰਦੇ, ਛਣ ਪਈ ਹੈ ਸ਼ਾਦੀ ਜਿਹੜੇ ਮੇਰੇ ਛਣੀ ਹੈ ਨਾ। ਫਿਜ਼ਾ ਰਿਵਾਇਤ ਕਰਦੀ ਹੈ, ਮੈਂ ਸਾਰੀ ਜ਼ਿੰਦਗੀ ਦੇਖਦੀ ਰਹੀ ਹਾਂ, ਹੁਸੈਨ ਆਵੇ ਨਾ, ਆਲੀਆ ਉੱਠੀ ਕੇ ਤਾਜ਼ੀਮ ਕਰੇ ਆ। ਆਦ ਮੈਂ ਉਹ ਵੀ ਵੇਲਾ ਵੇਖੇ, ਹੁਸੈਨ ਆਏ ਨਾ ਜ਼ੈਨਬ ਉੱਠੀ ਨਹੀਂ। ਉਹ ਇਹ ਵੇਲੇ ਜਿਹੜੇ ਵੇਲੇ ਆਖਰੀ ਸਲਾਮ ਕੀਤਾ, ਹੁਸੈਨ ਅੰਦਰ ਆਏ, ਜ਼ਖਮੀ ਹੱਥ ਭੈਣ ਦੇ ਸਰ ਤੇ ਰੱਖੇ। ਅੱਜ ਮੈਨੂੰ ਗਰੀਬ ਸਮਝ ਕੇ ਨਹੀਂ ਉੱਠੀ, ਅੱਜ ਮੈਂ ਪੁੱਤਰਾ ਮੋਇਆ ਹਾਂ। ਇਸ ਮਿੰਬਰ ਦੀ ਕਸਮ ਆਦੀ ਹੈ, ਮੈਨੂੰ ਤੇਰੇ ਅਕਬਰ ਦੀ ਕਸਮ ਹੈ, ਮੈਨੂੰ ਤੇਰੇ ਅੱਬਾਸ ਦੀ ਕਸਮ ਹੈ। ਜਦੋਂ ਦਾ ਤੈਂ ਆਖਰੀ ਸਲਾਮ ਕੀਤਾ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਰੇ ਚਾਰ ਪੰਜ ਵਾਰ ਨਹੀਂ, ਨੌ ਵਾਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਉੱਠ ਨਹੀਂ ਸਕੀ, ਮੇਰੀ ਕਮਰ ਤਰੁੱਟ ਗਈ ਹੈ। ਬੈਣ ਦੇ ਬਿਸਮਿਲਲਾ ਕਰਾ, ਬੈਣ ਦੇ ਸਰ ਤੇ ਹੱਥ ਰੱਖ ਕੇ ਆ ਜਾ, ਕੋਈ ਗੱਲ ਨਹੀਂ, ਤੂੰ ਨਹੀਂ ਉੱਠ ਸਕਦੀ, ਮੈਂ ਬਹਿਵੈਂਦਾ। ਬਜ਼ੁਰਗੋ, ਸੈਯਦੋ, ਉਮਤੀਓ, ਮਾਤਮੀਓ, ਜਵਾਨੋ, ਮੈਂ ਹੱਥ ਜੋੜ ਕੇ ਪੁੱਛਦਾ, ਸ਼ਾਹ ਜੀ ਪੇਰਾਂ ਦੇ ਬਾਹਰ ਬੈਠੇ, ਪੈਰਾਂ ਦੇ ਬਾਹਰ ਨਹੀਂ ਬਹਿ ਸਕਿਆ, ਪੈਰ ਜ਼ਖਮੀ ਹੈ, ਨਿਹਾਇ ਪੈਰ ਦਰਾਸ ਕਰਕੇ ਬੈਠੇ, ਇੱਕ ਪੈਰ ਤੇ ਛੋਟੀ ਭੈਣ ਦਾ ਹੱਥ, ਇੱਕ ਪੈਰ ਤੇ ਵੱਡੀ ਭੈਣ ਦਾ ਹੱਥ, ਭਰਾ ਦੀਆਂ ਤਲੀਆਂ ਬੈਠੀਆਂ ਮਲੇਂਦੀਆਂ ਨੇ, ਤੇ ਰੋ ਰੋ ਕੇ ਆ ਦਿਨ ਟੁਰ ਟੁਰ ਕੇ ਲਾਸ਼ਾਂ ਚਾ ਚਾ ਕੇ ਪੈਰ ਜ਼ਖਮੀ ਹੋ ਗਏ। ਜ਼ਹਿਨ ਤਿਆਰ ਕਰ ਦਿਓ, ਮੈਂ ਇੱਕ ਵਹਿਣ ਪੜਨਾ ਤੁਹਾਡੇ ਮਾਤਮ ਦੇ ਵਾਸਤੇ, ਲਾਸ਼ਾਂ ਚਾ ਚਾ ਕੇ ਥੱਕ ਪੀਏ, ਪੈਰ ਜ਼ਖਮੀ ਹੋ ਗਏ। ਪਤਾ ਨਹੀਂ ਹੁਸੈਨ ਦੇ ਦਿਲ ਵਿੱਚ ਕਿਆ ਖਿਆਲ ਹੈ, ਅਮਾ ਫਿਜ਼ਾ ਉਹਨਾਂ ਬੀਬੀਆਂ ਨੂੰ ਸਾਡਾ ਜਿਹਨਾਂ ਮੇਰੇ ਤੋਂ ਪੁੱਤਰ ਕੁਰਬਾਨ ਕੀਤੇ ਨੇ, ਮੈਂ ਟੁਰਦੇ ਵੇਲੇ ਉਹਨਾਂ ਦਾ ਸ਼ੁਕਰੀਆ ਅਦਾ ਕਰ ਗਿਣਾ। ਤੂੰ ਸੁਣਿਆ ਹਾਏ ਕੀਤਾ, ਮੈਂ ਆਸਾਨੀ ਨਾਲ ਚਪੜੇ, ਜਿਵੇਂ ਇਹ ਗੱਲ ਉਮੇ ਕੁਲਸੂਮ ਸੁਣੀ ਹੈ, ਹੌਲੇ ਹੌਲੇ ਬਿਰਾ ਦੇ ਪੈਰ ਤੋਂ ਹੱਥ ਚਾਏ, ਖੈਮੇ ਆ ਕੇ ਸਰ ਤੋਂ ਚਾਦਰ ਲਹਾ ਕੇ ਆਸਮਾਨ ਤੋਂ ਡੇਗ ਕੇ ਆਦੀ, ਇੱਕ ਪੁੱਤਰ ਮੇਰਾ ਹੋਵੇ ਹਾ, ਅੱਜ ਮੈਂ ਫਿਰਾ ਤੋਂ ਕੁਰਬਾਨ ਕਰਾਂ ਹਾਂ। ਹੁਸੈਨ ਅੰਦਰ ਆ ਗਏ, ਪੁੱਤਰਾ ਤੋਂ ਕਿਉਂ ਰੋਂਦੀ ਏ, ਆਦੀ ਹੁਸੈਨ ਹਿੱਕਾ ਚਾਦਰ ਏ, ਜਿਹੜੀ ਪੁੱਤਰਾ ਤੋਂ ਵੱਧ ਪਿਆਰੀ ਏ। ਮੈਂ ਕੁਰਬਾਨ ਕਰੇ ਸਾਂ, ਮੈਂ ਸ਼ਾਮ ਵੈਸਾਂ, ਭੈਣ ਨੂੰ ਲੈ ਕੇ ਆ ਗਏ,
یا خیام دے کونے چو بڈی جی کوک آئی ہے داؤد بچڑا اج تو میرے کول ہوئے آ میں تین حسین تو قربان کریں دی حسین سنے حسین دوڑ پین فضا دے کول آ کے آدن میری چٹے والا والی ماں پترا تو کیوں رو دی ہے اٹھنا میرا ہاتھ نپ مزدورا وچ تو اعلان کر فوجا وچ میں اعلان کر سا میں فضا دی قربانی ہاں میں فضا دا پتر ہاں اللہ اکبر اللہ اکبر گھوڑے تے چلنس آ بھائی تیاری کرو گھوڑے تے چلنس کوئی چڑھاون والا نہیں اگے چڑھنا ہوگا سا نا چلو میں مکمل گل کر دینا آدھے دسو تو صحیح گھوڑا تیار کہ کیتے برداشت کرے سو خاص کر جڑے سید و اجازت تسا دے سو حسین ڈٹھے تے گھوڑا تیار حق الماری ہے اما فضا میرا تر رہ کوئی نہیں گیا گھوڑا کہیں تیار کیتا ہے میں نے سید معاف کرے سو ماتم کر کے آدھی عباس دی بہن رقیہ رقیہ دا نام آیا حسین دوڑ پین رقیہ دے خیمے آ کے حقل مار کے ادھر میری کربلا دے واقع تو پیدا اجڑن والی مظلومہ بہن گھوڑا تو تیار کیتا ہے مولا میں کیتا ہے تینوں کیا پتہ سینہ کیویں رکھی دیاں تنگ کیویں کسی دن لگاما کیویں دتیاں وندیاں مولا کوئی علم نہ اے جڑی شب عاشور گزری ہے رات ڈھلی ہے میں پڑھ رہی ہوں نماز تیرا نوکر عباس بھجدا ہویا میرے خیمے آئے حکل مار کے ادھر نماز ودی پڑھ دیئے نماز توری ویندی آئی نہ شرم کر نہ شرم کر تیرے مذہب جماعتم جیزے یا زہرا نماز توری ویندی آئی میرا ہاتھ نہ پیاس میں اٹھائیس رکیہ جی غازی ویر میں امام نہیں میں علی دا پترا میں ولیاں میں جان دا کل ایک او ویلا سی حسین دا کوئی نہ رہ جاسی جڑ ویلے آخری سلام کرن آوے گھوڑا تو تیار کریں ایکو گھوڑا بناون دا ول نہیں آندا ایندا گھوڑا تا میں بنے دا رہیا اکبر بنے دا رہیا میں کہ عباس میں تے کدے گھوڑا بنایا نہیں عباس میرے سامنے زین رکھیے لہائیے تنگ کسن کھولن لگاما لتیاں لہائیاں میں تو دیکھ کیا دے رکیہ جی میں زینہ میں رکھ دا رہے ہیں نا ایمیں ہون تو رکھ آئے میں ویر دے سامنے زینہ رکھیاں لہائیاں میں کئی وار گھوڑا تیار کیتا ہے اس ویلے حسین دی ڈھا نکلی او عباس تیری وفا تو صدقے غازی ویر تیری وفا تو صدقے بس گھوڑے تے چڑھنس بھیڑ آ دیے میں چڑھاواں حقل مار کیا دے میں نو چڑھے سے کل تے نو اٹھتے کون چڑھے سی ایک گل میری بے شک خاموش ہو کے سن لو تسی آپ ہر بندہ اپنی جگہ تے سوچے تو وڈا بھیرا ہوں میں سردار ہوں میں چھوٹے بھیرا تیرے نال ہوں میں جی کرا میں اوہ ہوئے 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 سارے نہیں سنے آن بھائی فرما رہے نجاز حسین امام آکیا تو تا میں نو چڑھیں دی پئی ہیں میرے ہاتھ آزاد ان تینو کون چڑھے سی تیرے ہاتھ تا اینج بدھے ہوئے حسین
ਇਹ ਹੁੰਦੇ ਹਕੀਕਤ ਦਗਰੀਆ, ਇਹ ਹੁੰਦੇ ਹਕੀਕਤ ਦਗਰੀਆ, ਇਹ ਜਿਹੜਾ ਹੋ ਰਿਹਾ ਇਹ ਹਕੀਕਤ ਦਗਰੀਆ ਹੈ। ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ। ਮੈਂ ਗੱਲ ਕਰ ਰਿਹਾ, ਤੁਸੀਂ ਸੋਚੋ ਅੱਲਾਹ ਨਾ ਕਰੇ, ਬਸ ਤੁਸੀਂ ਟੁਰੋ, ਭਰਾ ਟੁਰਨ, ਨੌਕਰ ਪਿੱਛੇ ਟੁਰਨ, ਅੱਲਾਹ ਨਾ ਕਰੇ ਐਸਾ ਵੇਲਾ ਹੋਵੇ, ਇਕੱਲਾ ਹੋਵੇ ਬੰਦਾ, ਕੀ ਮਹਿਸੂਸ ਕਰਦੇ? ਇਹ ਉਹ ਹੁਸੈਨ ਟੁਰੇ ਆ, ਪਿੱਛੇ ਅੱਬਾਸ ਹੋਵੇ ਆ, ਅਕਬਰ ਹੋਵੇ ਆ, ਕਾਸਿਮ ਹੋਵੇ ਆ, ਅੱਜ ਰਹਿ ਗਏ ਇਕੱਲਾ। ਇੱਕੋ ਵਾਰ ਡਾ ਮਾਰ ਕੇ ਤਾਂ ਸਾਰੇ ਕਿਲ ਚੁਰ ਗਏ ਹੋ, ਹੱਕਲ ਮਾਰ ਕੇ ਆਦਾ ਅੱਬਾਸ ਆ ਮੈਨੂੰ ਘੋੜੇ ਤੇ ਚੜਾ। ਅੱਬਾਸ ਦੇ ਨਾਮ ਦੀ ਸੀਨ ਖਤਮ ਨਹੀਂ ਹੋਈ। ਇੱਕ 7 ਜਾਂ 8 ਸਾਲ ਦਾ ਬੱਚੇ ਜਿਹੜਾ ਦੌੜਦਾ ਹੋਇਆ ਹੈ, ਅੱਡੀਆਂ ਚਾਹ ਕੇ ਰਕਾ ਵਿੱਚ ਹੱਥ ਰੱਖਿਆ ਸੀ, ਆਦਾ ਆ ਮੈਂ ਚੜਾਵਾਂ। ਹੁਸੈਨ ਆਦਿਨ ਕੌਣ ਹੈ? ਮੈਂ ਤੇਰੇ ਨੌਕਰ ਦਾ ਪੁੱਤਰ ਫਜ਼ਲ ਆ। ਉਹ ਮੇਰਾ ਲਾਲ ਘੋੜੇ ਦਾ ਕੱਦ ਬੁਲੰਦ ਹੈ, ਤੈਨੂੰ ਤਕਲੀਫ ਪਈ ਆਉਂਦੀ ਏ, ਕੱਢ ਕੇ ਰਕਾ ਵਿੱਚੋਂ ਹੱਥ ਹੱਥ ਜੋੜ ਕੇ ਕਹਿੰਦਾ ਇੰਜ ਨਾ ਆ, ਤੇਰੀਆਂ ਰਕਾਬਾਂ ਨੱਪਣੀਆਂ ਤਾਂ ਸਾਡੀ ਜਾਗੀਰ ਏ। ਤੁਹਾਡੀ ਵਫਾ ਤੋਂ ਸਦਕੇ ਜਾਵਾ, ਤੁਹਾਡੀ ਵਫਾ ਤੋਂ ਸਦਕੇ। ਅੱਲਾਹ ਅਕਬਰ। ਆਓ ਮੇਰਾ ਦਿਲ, ਮੈਂ ਇੱਥੇ ਇੱਕ ਵੈਨ ਪੜ੍ਹਾਂ। ਇਹ ਜਿਹੜਾ ਮੈਂ ਵੈਨ ਪੜ੍ਹਨ ਲੱਗਾ ਨਾ, ਇਹ ਮੇਰਾ ਮਸ਼ਹੂਰ ਏ ਦੁਆ ਵਾਲਾ ਵੈਨ। ਕਰਬਲਾ ਮੁਅੱਲਾ ਮੌਲਾ ਦੇ ਰੋਜ਼ੇ 'ਤੇ ਜਾ ਕੇ ਲੋਕਾਂ ਇਸ ਨੂੰ ਪੜ੍ਹ ਕੇ ਦੁਆਈ ਮੰਗੀਆਂ ਨੇ, ਪਾਕਿਸਤਾਨ ਦੇ ਵਿੱਚ ਜਾਂ ਦੁਨੀਆਂ ਦੇ ਕਿਸੇ ਮੁਲਕ ਦੇ ਵਿੱਚ ਜਿੱਥੇ ਆਜ਼ਾਦਾਰੀ ਆਉਂਦੀ ਹੈ, ਇਸ ਕਸੀਦੇ ਦਾ ਵਾਸਤਾ, ਇਸ ਵੈਣ ਦਾ ਵਾਸਤਾ ਦੇ ਕੇ ਦੁਆ ਮੰਗੀ ਜਾਂਦੀ ਹੈ। ਦੁਆ ਤੁਸੀਂ ਪਹਿਲੇ ਮੰਗ ਲੈਣੀ ਹੈ ਕਿ ਮੌਲਾ ਇਹ ਮੇਰੀ ਦੁਆ ਹੈ, ਦਿਲ 'ਚ ਰੱਖਣੀ ਹੈ। ਮੈਨੂੰ ਲੋਕ ਮਜਲਿਸ 'ਚ ਖੜ੍ਹੇ ਹੋ ਜਾਂਦੇ ਨੇ, ਜਨਵੀ ਸਾਹਿਬ ਇਸ ਦਾ ਵਾਸਤਾ ਦਿੱਤਾ ਅਤੇ ਇਹ ਦੁਆ ਪੂਰੀ ਹੋ ਗਈ। ਮੈਂ ਅਣਗਿਣਤ ਮੌਲਾ ਗਵਾਏ, ਲੇਕਿਨ ਇੱਕ ਟੈਲੀਫੋਨ ਮੈਨੂੰ ਆਇਆ ਉੱਚ ਬਿਲੋਟ 'ਚੋਂ। ਮੈਂ ਫੋਨ ਉਠਾਇਆ, ਮੈਨੂੰ ਆਦੀ ਜੀ ਇਜਾਜ਼ ਝੰਡਵੀ ਹੋ? ਮੈਂ ਆਖਿਆ ਜੀ। ਉਹਨਾਂ ਆਖਿਆ ਤਾਰਫ ਇਤਨਾ ਕਾਫੀ ਹੈ, ਮੈਂ ਸਹੀ ਅਦਾ। ਮੈਂ ਆਖਿਆ ਜੀ ਮੇਰੇ ਹੱਥ ਕਦਮਾਂ 'ਤੇ ਹੋ ਗਏ, ਹੁਕਮ ਕਰੋ। ਬੇਵਸ ਰੋਇਆ ਸੈਯਦ ਜ਼ਾਦਾ। ਮੈਂ ਆਖਿਆ ਜੀ ਹੁਕਮ ਕਰੋ, ਕਿਉਂ ਰੋਂਦੇ ਹੋ? ਉਹਨਾਂ ਆਖਿਆ ਇਜਾਜ਼ ਝੰਡਵੀ ਹੋਸ਼ 'ਚ ਹੁਣ ਆਇਆ, ਅੱਧਾ ਘੰਟਾ ਬੇਹੋਸ਼ ਰਿਹਾ। ਅੱਧਾ ਘੰਟਾ ਪਹਿਲੇ ਤੇਰੀ ਸੀਡੀ ਮੇਰੇ ਘਰ ਲੱਗੀ ਹੈ, ਮੈਂ ਇਕੱਲਾ ਕਮਰੇ 'ਚ ਬੈਠਾ। ਤੁਸਾਂ ਇਹ ਪੜ੍ਹੇ ਤੇ ਤੁਸਾਂ ਆਖਿਆ ਇਸ ਦਾ ਵਾਸਤਾ ਦੇ ਕੇ ਦੁਆ ਮੰਗੋ। ਗੈਰ ਇਰਾਦੀ ਤੌਰ 'ਤੇ ਦੁਆ ਮਚਲੀ ਹੈ ਲੱਭਾਂ 'ਤੇ। ਮੈਂ ਆਖਿਆ ਗਾਜ਼ੀ ਮੌਲਾ ਇਸ ਕਸੀਦੇ ਦਾ ਵਾਸਤੇ ਮੈਂ ਆਪਣੀ ਜ਼ਿਆਰਤ ਕਰਾ। ਆਦਨ ਯਕਦਮ ਬਦਨ 'ਤੇ ਸੱਤਾ ਤਾਰੀ ਹੋ ਗਿਆ, ਬਦਨ ਹਰਕਤ ਨਾ ਹੀ ਕਰ ਸਕਦਾ। ਗਾਜ਼ੀ ਮੌਲਾ ਸਾਹਮਣੇ ਆਏ, ਜਿਹੜੇ ਵੇਲੇ ਸਰਦਾਰ ਆਏ ਨਾ, ਅਤੇ ਮੈਂ ਆਖਿਆ ਜੀ ਰੋਂਦੇ ਕਿਉਂ? ਨਾ ਕਰ ਰੋਂਦਾ ਇਸ ਵਾਸਤੇ ਆ, ਅੱਖਾਂ ਨਾਲ ਡਿੱਠੇ ਦੋਵੇਂ ਬਾਜ਼ੂ ਕੱਟੇ ਹੋਏ, ਤਾਜ਼ਾ ਖੂਨ ਪਿਆ ਚੱਲਦੇ, ਅਤੇ ਜਿਹੜੀ ਮੌਲਾ ਮੈਂਬਰ ਹੁਸੈਨ 'ਤੇ ਖੜਾ, ਲਾਈਵ ਚੱਲ ਰਿਹਾ ਪ੍ਰੋਗਰਾਮ, ਉਹਨਾਂ ਜਿਹੜੀ ਗੱਲ ਕੀਤੀ, ਉਹਨਾਂ ਆਖਿਆ ਸਿਰਫ ਇਤਨਾ ਮੌਲਾ ਫਰਮਾਏ ਕਿ ਇਹ ਕਸੀਦਾ ਸ਼ਾਮ ਵਿੱਚ ਰੁੱਲਣ ਵਾਲੀ ਬੀਬੀ ਆ ਪਤਾ ਕੀਤਾ, ਤਾਂ ਇਸ 'ਤੇ ਦੁਆਈ ਕਬੂਲ ਆਉਂਦੀਆਂ ਨੇ, ਪੂਰੀਆਂ ਆਉਂਦੀਆਂ ਨੇ। ਮਸਕੀਨਾ ਦੀ ਦੁਨੀਆ ਅੰਦੇ ਅੱਲਾਹ ਵਾਂਗੂ ਸੁਣਦਾ ਹੁਸੈਨ, ਆ ਜਿਵੇਂ ਖੁਦਾ ਤੇ ਸਰਵਰ ਫਰਦ ਬਿਲਕੁਲ ਉਵੇਂ ਫਰਦਾ ਹੁਸੈਨ। ਮਸਕੀਨਾ ਦੇ ਦੁਨੀਆ ਅੰਦੇ ਅੱਲਾਹ ਵਾਂਗੂ ਸੁਣਦਾ ਕਿਹੜਾ ਵੱਡਾ ਗਰੀਬ, ਤਿਆਰੀ ਕਰਦੇ ਆਓ, ਕਿਹੜਾ ਵੱਡਾ ਮਜ਼ਲੂਮ ਸਕੀਨਾ ਦਾ ਤਸਾ ਬਾਬਾ।
ਮੈਂ ਵੈਣ ਪੜ ਲਗਾ ਤੇਰੇ ਮਾਤਮ ਦੇ ਵਾਸਤੇ। ਅੱਲਾਹ ਅਕਬਰ। ਜਿਹੜੇ ਵੇਲੇ ਜ਼ਾਲਿਮ ਨੇ 13 ਜ਼ਰਬਾ ਮਾਰੀਆਂ, ਮੰਜ਼ਰ ਵੀ ਖਾਣ ਲਗਾ, ਮੰਜ਼ਰ ਕੈਸਾ ਹਾ। ਕੋਸ਼ਿਸ਼ ਕਰ, ਕੋਸ਼ਿਸ਼ ਕਰ, ਕੋਸ਼ਿਸ਼ ਕਰ ਯਾ ਜ਼ਹਰਾ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਵਸਤੇ ਰਾਵਣੇ ਘਰ, ਮੈਂ ਬਿਸਮਿਲ੍ਲਾ ਕਰਾਂ, ਮੰਜ਼ਰ ਪੇਸ਼ ਕਰਾਂ। ਅੱਲਾਹ ਅਕਬਰ। ਆਓ ਤਿਆਰੀ ਕਰੋ, ਮੈਂ ਬਿਸਮਿਲ੍ਲਾ ਕਰਾਂ, ਮੈਂ ਪੜ ਦੇਣਾ। ਹੁਣ ਦੁਆਵਾਂ ਮੰਗ ਲਓ ਹੁਸੈਨ ਦੇ ਜ਼ਾਕਰ ਦੀ ਗੁਜ਼ਾਰਿਸ਼ ਹੈ। ਪਹਿਲਾ ਪਹਿਲਾ ਲਫ਼ਜ਼ ਲੱਥਾ ਹੈ ਹੁਸੈਨ। ਮੈਂ ਕਿਤਨੀ ਆਸਾਨੀ ਨਾਲ ਚਾਹਿਆ ਤੂੰ ਹਾਏ ਚਾ ਕੀਤਾ। ਪਤਾ ਕਿ ਉਸ ਮਾਂ ਨੂੰ ਉਹ ਸੀ ਜਿਹੜੀ ਚੱਕੀਆਂ ਪੀਹ ਪੀਹ ਪਲੇ ਨਹੀਂ ਰਹੀ ਹੈ। ਹੁਸੈਨ ਲੱਥਣ ਧੀ ਆ ਗਈ ਹੈ, ਮਾਫੀ ਮੰਗ ਕੇ ਲਫ਼ਜ਼ ਆਖਣਾ ਚਾਹਨਾ, ਧੀ ਆ ਗਈ ਹੈ 4 ਸਾਲ ਦੀ ਜ਼ਹਰਾ। ਸ਼ਜੀ ਇੱਕ ਚਿੱਟੀ ਦਾੜੀ ਵਾਲਾ ਬੁੱਢੜਾ ਸ਼ਾਮੀ ਏ, ਨਿੱਕੇ ਨਿੱਕੇ ਹੱਥ ਜੋੜ ਕੇ ਆਵਾਜ਼ ਦੇ ਕੇ ਆਦੀ, ਹਲ ਰਹਿ ਤਾਂ ਅਭੀ ਯਾ ਸ਼ੇਖ। ਉਹ ਸ਼ੇਖ ਮੇਰਾ ਬਾਬਾ ਡਿੱਠਈ, ਇਹ ਆਦਿ ਕਹਿੰਦੀ ਧੀ ਏ, ਆਦੀ ਹੁਸੈਨ ਬਾਦਸ਼ਾਹ ਦੀ। ਉਹ ਯਾਰ ਪਿਓ ਭਾਵੇਂ ਗਰੀਬ ਹੋਵੇ, ਧੀ ਕਾਨ ਬਾਦਸ਼ਾਹ ਹੁੰਦੇ। ਮੈਨੂੰ ਮਾਫ ਕਰੇ, ਸੋ ਹੁਸੈਨ ਦਾ ਨਾਮ ਆਇਆ ਹੈ, ਇਸ ਬੇਹਯਾ ਦਾ ਹੱਥ ਉੱਠਿਆ ਹੈ। ਮੈਨੂੰ ਪਤਾ ਨਹੀਂ ਪਿਆ ਲੱਗਦਾ, ਹੱਥ ਇੰਦਾ ਉੱਠਿਆ, ਜਿਲਦ ਕੁਰਾਨ ਦੀ ਫਟ ਗਈ ਹੈ। ਜਿਹੜੀ ਹੋਈ ਮਾਸੂਮਾ ਹੱਥ ਜੋੜ ਕੇ ਆਦੀ ਹੈ, ਮਾਰ ਤਾਂ ਲਈ ਹੋਰ ਦੱਸਾਂ ਮੇਰਾ ਬਾਬਾ ਕਿੱਥੇ। ਧੀਆਂ ਵਾਲੇ ਬੈਠੇ ਹੋ, ਕਿਆ ਹੋਇਆ ਜੇ ਇਸ਼ਾਰਾ ਕਰਿਆ, ਓ ਤੇਰਾ ਬਾਬਾ ਹੈ ਇਸ ਤੀਰ ਮਾਰਿਆ। ਅਦਿਆ ਜੀ ਕੋ ਤੀਰ ਲੱਗੇ, ਇਹ ਗਰੀਬ ਹੈ ਬੀਬੀਆ ਦੀ, ਇਹ ਗਰੀਬ ਨਾ ਤੁਸਾਂ ਗਰੀਬ ਘਰ ਛੋੜਿਆ ਹੈ। ਅੱਲਾਹ ਅਕਬਰ। ਪਿਓ ਦੇ ਕੋਲ ਆ ਗਈ, ਬਾਬਾ ਮੈਂ ਸਕੀਨਾ ਆਇਆ। ਸੈਯਦਾ ਦੇ ਕੌਣ ਸਕੀਨਾ, ਵੇ ਬਾਬਾ ਤੇਰੀ ਛੋਟੀ ਦੀ ਸਕੀਨਾ। ਸ਼ਾਇਦ ਕੋਈ ਬੰਦਾ ਇਹ ਸਮਝੇ ਜੋ ਹੁਸੈਨ ਸੁਝਾਣਿਆ ਨਹੀਂ, ਨਾ ਨਾ, ਇਮਾਮ ਹਰ ਹਾਲ ਚ ਇਮਾਮ ਆਉਂਦੇ, ਹਿੱਕ ਨਾਲ ਹਿੱਕ ਥੀਆ ਬੈਠਾ। ਪਿਆ ਦੇ ਕੌਣ ਸਕੀਨਾ, ਬਾਬਾ ਤੇਰੇ ਵਿਹੜੇ ਦੀ ਰੌਣਕ ਸਕੀਨਾ, ਵੇ ਬਾਬਾ ਤੇਰੇ ਸੀਨੇ ਦੇ ਸੰਮਣ ਦੀ ਹੈ ਲੋਕ ਸਕੀਨਾ। ਸੈਯਦਾ ਦੇ ਕੌਣ ਸਕੀਨਾ, ਇੰਜ ਵਾਪਸ ਮੁੜੀਏ ਆਦਿਆ ਇਤਾ ਸੁਝਣੇ ਦੇ ਨਹੀਂ, ਨਾਵੇਂ ਕਦਮ ਤੇ ਗਈ ਹੈ, ਅੱਲਾ ਦੀ ਕਾਇਨਾਤ ਮੁਤਜ਼ਲਜ਼ਲ ਹੋਈ ਹੈ। ਜੰਨਤ ਦੇ ਦਰਵਾਜ਼ੇ ਆਪਸ ਵਿੱਚ ਟਕਰਾ ਗਏ, ਅਰਸ਼ ਖੁਦਾ ਦਾ ਹਲ ਗਏ, ਹਸਨ ਦੇ ਕਫਨ ਦੇ ਬੰਦ ਤਰੁੱਟ ਗਏ। ਮੈਨੂੰ ਮੌਲਾ ਦੀ ਕਸਮ ਹੈ, ਖਾਲਿਦ ਦੀ ਆਵਾਜ਼ ਆਈ ਹੈ, ਹੁਸੈਨ ਬਸ ਕਰ, ਬੁਲਾ ਧੀ ਰੁੱਠੀ ਵੈਲੀ ਆਈ। ਅੱਲਾ ਦੇ ਕਿਆ ਦੇਵਾ, ਸੈਯਦਾ ਦੇ ਅੱਜ ਮੈਂ ਨਹੀਂ ਤੂੰ ਮੰਗ।
ਹੁਣ ਦੁਆ ਨਾ ਮੰਗੋ, ਹੁਣ ਦੁਆ ਦਿਲ ਵਿੱਚ ਰੱਖ ਲਈਏ, ਹੁਣ ਸਿਰਫ ਰੋਵੋ। ਤੂੰ ਮੰਗ ਉਹ ਜਾਣ ਦਾ ਬਿਹਤਰ। ਖੁਦਾ ਫਰਮਾ ਬਚ ਕੇ ਆ ਗਈ ਆਈ। ਅਕਬਰ ਮਾਰਾ ਗਏ, ਅਬਾਸ ਮਾਰਾ ਗਏ, ਕਾਸਿਮ ਪਮਾਲ ਹੋ ਗਏ, ਤੇਰੇ ਕੋਲ ਬਚ ਕੇ ਗਏ। ਸੈਯਦਾ ਦਾ ਜ਼ੈਨਬ ਦੀ ਚਾਦਰ ਰਹਿੰਦੀ ਏ, ਸੈਯਦਾ ਦਾ ਮੇਰੀ ਧੀ ਦਾ ਤਾਜ ਰਹਿੰਦਾ ਏ, ਮੇਰੀ ਸਕੀਨਾ ਦੇ ਦੁਰ ਰਹਿੰਦੇ। ਖੁਦਾ ਫਰਮਾਇਆ ਬੁਲਾ ਦੀ ਨੂੰ, ਪਾਬੰਦ ਹੁਕਮੇ ਖੁਦਾ ਹੁਸੈਨ ਹੱਕਲ ਮਾਰੀਏ। ਸੈਯਦਾ ਦੇ ਵੱਲਾ ਮੈਂ ਗਰੀਬ, ਪਿਓ ਦੀ ਹੱਕਲ ਤੇ ਬਾਹੀ ਜਾ ਕੇ ਦੌੜੀਏ। ਆਦੀ ਵੱਲੀਆਂ ਨੀ ਆਵੇ ਮੇਰਾ ਗਰੀਬ ਬਾਬਾ। ਸਲਾਮਤ ਰਹੋ, ਸਲਾਮਤ ਰਹੋ। ਵੱਲੀਆਂ ਨੀ ਆਵੇ ਮੇਰਾ ਕਿਸੇ ਨੂੰ ਕੁਝ ਨਾ ਖੜਾ ਲਾ ਬਾਬਾ। ਪਿਓ ਦੇ ਕੋਲ ਆ ਗਈ, ਗੱਲ ਮੁੱਕ ਗਈ, ਮੈਂ ਉਹ ਵੈਣ ਪੜ ਲੱਗਾ। ਪਿਓ ਦੇ ਕੋਲ ਆ ਗਈ, ਬਾਬਾ ਤੈਨੂੰ ਕੌਣ ਮਰਦੇ ਨੇ ਵੇ ਬਾਬਾ, ਧੀ ਨੂੰ ਦੱਸ ਤੈਨੂੰ ਕੌਣ ਮਰਦੇ ਨੇ। ਸੈਯਦਾ ਦਾ ਮੁਸਲਮਾਨ, ਅਜੇ ਬਾਬਾ ਤੂੰ ਤੇ ਮੈਂ, ਪਿਓ ਤੇ ਧੀ, ਉੱਚ ਤੁਰ ਜੁਲੈ ਜਿੱਥਾ ਮੁਸਲਮਾਨ ਨਾ ਹੋਵੇ। ਅਜੇ ਤੈਨੂੰ ਕਿੱਥੇ ਲੁਕਾਵਾਂ, ਅਜੇ ਜਿਨ ਤੁਹਾਡੇ ਦੀਆਂ ਤੇਰੇ ਕਾਤਲ ਨਜ਼ਰ ਆਉਂਦੇ ਨੇ। ਹੁਣ ਮੈਂ ਮਿੰਨਤ ਕਰਦਾ ਧੀਆਂ ਵਾਲੇ ਆਓ, ਨਿੱਕੀਆਂ ਨਿੱਕੀਆਂ ਬੇਣੀਆਂ ਲਿਆਓ, ਲਿਖਾ ਏ ਮੈਡੂ, ਅੱਲਾਹ ਅਕਬਰ। ਪਿਓ ਤੇ ਧੀ ਪਿਆਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਪੈ ਕਰਦੇ ਆ, ਜਾਂ ਇਸ ਬੇਹਯਾ ਦੀ ਇੱਕ ਹੱਥ 'ਚ ਪੱਥਰ, ਇੱਕ ਹੱਥ 'ਚ ਖੰਜਰ, ਪੱਥਰ ਤੇ ਖੰਜਰ ਮਰੇਂਦਾ ਦੇ। ਹੱਸ ਕੇ ਆ ਕੇ ਆਦੇ ਹੁਸੈਨ ਇਹ ਕੌਣ ਆਈ, ਸੈਯਦਾ ਦੇ ਮੇਰੀ ਛੋਟੀ ਧੀ ਏ, ਆਦੇ ਆਪ ਛੱਡੀ ਆਈ। ਸੈਯਦਾ ਦੇ ਜ਼ਾਲਿਮ ਔਖੇ ਵੇਲੇ ਧੀਆਂ ਛੱਡੀਆਂ ਨਹੀਂ ਵੇ। ਇਹ ਬੈਠੀਆਂ ਧੀਆਂ ਇਹ ਦੂਰ ਵਸਦੀਆਂ, ਮੈਨੂੰ ਪਤਾ ਲੱਗੇ ਨਾ ਪਿਓ ਬਿਮਾਰ ਏ ਜਾਂ ਔਖੀ ਏ, ਦੱਸਣਾ ਨਹੀਂ ਪਾਉਂਦਾ, ਆਪੇ ਆਵੈਂਦੀਆਂ ਨੇ। ਅੱਲਾਹੁ ਅਕਬਰ। ਇਹ ਆਦਤ ਤੈਂ ਵਲਾ ਮਨਈਆ ਮੈਂ, ਤੈਂ ਵਲਾ ਮੈਂ, ਸੈਯਦਾ ਦੇ ਹੱਥ ਨਾ ਲਾਵੇਂ ਸੈਯਦ ਜ਼ਾਦੀਏ, ਸੈਯਦਾ ਦੇ ਛੋਟੀ ਜ਼ਹਰਾ ਏ। ਇਸ ਮਿੰਬਰ ਦੀ ਕਸਮ ਏ, ਇੱਕ ਦੁਆ ਮੰਗੋ ਸਾਰੇ ਅਜ਼ਾਦਾਰ। ਚੱਲ ਕੋਈ ਬੇਹਯਾ ਕਿਸੇ ਜ਼ਖਮੀ ਪਿਓ ਦੇ ਕੋਲ ਉਹਦੀ ਨਿੱਕੀ ਜੀ ਧੀ ਨੂੰ ਨਾ ਮਾਰੇ। ਹੁਣ ਮੈਂ ਉਹ ਬੈਠ ਪੜ੍ਹਨ ਲੱਗਾ, ਭਾਈ ਜਾਨ ਜੀ, ਭਾਈ ਜਾਨ ਓਏ ਹੋਏ ਹੋਏ, ਸੈਯਦ ਆਦਿਲ ਇਜਾਜ਼ ਹੁਸੈਨ, ਦਸ ਮੁਹਰਮ ਮੈਂ ਸੈਯਦ ਹੋ ਕੇ ਦੁਆ ਮੰਗਦਾ, ਸ਼ਾਇਦ ਕਿਸੇ ਸ਼ਰੀਫ ਦਾ ਦੁਸ਼ਮਣ ਕੋਈ ਕਮੀਨਾ ਨਾ ਹੋਵੇ। ਸ਼ਾਹ ਜੀ ਮੈਨੂੰ ਮੌਲਾ ਦੀ ਕਸਮ ਏ, ਇਸ ਏਡਾ ਜ਼ੁਲਮ ਕੀਤਾ ਏ ਪਿਓ ਦੇ ਦੇਹਦਿਆਂ ਦੀ, ਤੇ ਪਿਓ ਤੜਪ ਤੇ ਦਿਖਾ ਮੈਡੋ, ਤੜਪ ਕੇ ਉੱਠੇ ਤੇ ਗੱਲ ਕਰੀ ਆ ਦੇ ਕਿਉਂ ਫਿਰਦੇ ਘਬਰਾਇਆ, ਵਡਾ ਸਰੀਰ ਤੜੀ ਤੂੰ ਆਪ ਲਖਾ ਯਾਤੀ ਆਇਆ।
ਅੱਜ ਖੈਮਾ ਗਾ ਦੋ ਵਾਏ ਪਗ ਤਲਵਾਰ ਅਮਾਨਤ ਹੈ ਵਜ ਦੇਵੇ ਵਜ ਖੈ ਮਾ ਗਾ ਦੂ ਵਾਏ ਪਗ ਤਲਵਾਰ।